ਸਵੇਰ ਦੇ 5 ਵਜੇ ਨੇ ਤੇ ਆਪਣਾ ਉਧਰ ਡੈਰੀ ਫਾਰਮ ਤੇ ਧਾਰਾਂ ਦਾ ਕੰਮ ਚੱਲ ਰਿਹਾ। ਥੋੜਾ ਨਾ ਫਲੱਡ ਆਇਆ ਕਰਕੇ ਥੋੜੇ ਆਪਣੇ ਬੰਦੇ ਘੱਟ ਆਉਂਦੇ ਨੇ, ਨਾਲ ਦੇ ਪਿੰਡ 'ਚ ਮਤਲਬ ਪਾਣੀ ਭਰਿਆ ਹੋਇਆ ਤੇ ਆਪਣੇ 2 ਬੰਦੇ ਉੱਥੋਂ ਆਉਂਦੇ ਨੇ, ਤਾਂ ਹੁਣ 2 ਬੰਦਿਆਂ ਨੂੰ ਹੀ ਧਾਰਾਂ ਕੱਢਣੀਆਂ ਪੈ ਰਹੀਆਂ ਤਾਂ ਟਾਈਮ ਥੋੜ੍ਹਾ ਜ਼ਿਆਦਾ ਲੱਗਦਾ। ਅਤੇ ਹੁਣ ਮੈਂ ਥੋੜ੍ਹਾ ਨਾ ਲੇਟ ਉੱਠਣਾ ਸਟਾਰਟ ਕਰਤਾ, ਪਹਿਲਾਂ ਮੈਂ 3:30 ਵਜੇ ਉੱਠਦਾ ਹੁੰਦਾ ਸੀਗਾ, ਹੁਣ ਮੈਂ ਥੋੜ੍ਹਾ 4:30 ਕਰਤਾ, ਨੀਂਦ ਨਹੀਂ ਪੂਰੀ ਹੋ ਰਹੀ ਸੀਗੀ ਮੇਰੀ, ਤਾਂ ਹੁਣ ਬੰਦੇ ਘੱਟ ਨੇ ਮੈਨੂੰ ਜਾ ਕੇ ਹੈਲਪ ਕਰਾਉਣੀ ਪੈਣੀ ਆ, ਤਾਂ ਚਲੋ ਦੇਖਦੇ ਹਾਂ ਡੈਰੀ ਫਾਰਮ 'ਤੇ ਆਪਾਂ ਵੀ ਥੋੜ੍ਹਾ ਜਿਹਾ ਕੰਮ ਕਰਦੇ ਹਾਂ, ਤਾਂ ਮਿਲਦੇ ਹਾਂ ਗੱਡੀ ਵਗੈਰਾ ਲੋਡ ਕਰਾਉਣ ਤੋਂ ਬਾਅਦ ਜਾਂ ਗੱਡੀ ਸ਼ਹਿਰ ਭੇਜ ਤੇ ਉਹ ਤੋਂ ਬਾਅਦ ਆਪਾਂ ਵਰਕਆਊਟ ਕਰਾਂਗੇ। ਤਾਂ ਅੱਜ ਇਹ ਮੇਰਾ ਪਹਿਲਾ ਵਲੌਗ ਆ, ਕੋਸ਼ਿਸ਼ ਕਰ ਰਿਹਾ ਵਲੌਗ ਬਣਾਉਣ ਦੀ, ਬਾਕੀ ਦੱਸਿਓ ਕਿਹੋ ਜਿਹਾ ਲੱਗਿਆ। ਅਤੇ ਚਲੋ ਕਰਦੇ ਆਪਣਾ ਅੱਜ ਦਾ ਦਿਨ ਸ਼ੁਰੂ। ਇਹ ਆਪਣੇ ਡੇਅਰੀ ਫਾਰਮ ਦੀ ਐਂਟਰੈਂਸ ਹੈ ਜੀ, ਅਤੇ ਅੰਦਰ ਮੈਸਾਂ ਖੜੀਆਂ ਨੇ, ਧਾਰਾਂ ਦਾ ਕੰਮ ਚੱਲ ਰਿਹਾ ਅਤੇ ਧੂਣਾ ਲਾ ਕੇ ਮਤਲਬ ਵੀ ਧੂੰਆਂ ਕਰਕੇ ਧਾਰਾਂ ਕੱਢਦੇ ਹਾਂ, ਸਵੇਰੇ ਮੱਛਰ ਬਹੁਤ ਹੋ ਜਾਂਦੇ ਨੇ। ਆ ਪੱਕੀ ਜਾਲੀ ਕਰਕੇ ਫਰਕ ਤਾਂ ਹੈਗਾ, ਬਟ ਹਲੇ ਵੀ ਗੈਪਸ ਹੈਗੇ ਨੇ ਤਾਂ ਮੱਛਰ ਵੜ ਜਾਂਦੇ ਨੇ। ਅੰਦਰ ਆਪਾਂ ਵੀਡੀਓ ਨਹੀਂ ਬਣਾਵਾਂਗੇ ਕਿਉਂਕਿ ਮੈਸਾਂ ਟੱਪਦੀਆਂ ਨੇ, ਜਿਹੜੇ ਬੰਦੇ ਦੇ ਹੱਥ ਪਈਆਂ ਹੋਈਆਂ ਨੇ ਕੁਛ ਮੈਸਾਂ ਉਹ ਆਏ ਨਹੀਂ ਹੈਗੇ ਉਹ ਫਲੱਡ ਕਰਕੇ। ਤਾਂ ਹੁਣ ਮੇਰਾ ਕੰਮ ਇਹੀ ਅੰਦਰ ਜਾ ਕੇ ਪੁੱਛਣਾ ਵੀ ਸਾਰੀਆਂ ਮਿਲੀਆਂ ਨਹੀਂ ਮਿਲੀਆਂ, ਵੀ ਇਹਨੂੰ ਦਾਣਾ ਪਾਓ, ਇਹਨੂੰ ਇਹ ਕਰੋ, ਇਹਨੂੰ ਦੁਬਾਰ ਤੋਂ ਮਿਲ ਕੇ ਦੇਖੋ, ਨਹੀਂ ਮਿਲੀ ਸ਼ਾਮ ਨੂੰ ਦੇਖਾਂਗੇ ਇਹ ਵੋ। ਤਾਂ ਉਹ ਚੀਜ਼ਾਂ ਮਤਲਬ ਵੀ ਮੇਰਾ ਰੋਲ ਹੈਗਾ ਐਜ਼ ਅ ਮੈਨੇਜਰ ਦਾ ਇੱਥੇ, ਠੀਕ ਆ। ਹੱਥੀਂ ਕੰਮ ਮੈਂ ਨਹੀਂ ਕਰਦਾ ਹੈਗਾ, ਬਟ ਮੈਨੇਜ ਕਰਨਾ ਜ਼ਿਆਦਾ ਔਖਾ ਹੁੰਦਾ ਕਿਉਂਕਿ ਦਿਮਾਗ ਤੁਸੀਂ ਚਲਾਉਣਾ ਹੁੰਦਾ, ਬਾਕੀ ਨੇ ਤਾਂ ਆ ਕੇ ਤੁਹਾਨੂੰ ਪ੍ਰੋਬਲਮ ਦੱਸ ਦੇਣੀ ਆ ਵੀ ਇਹ ਨਹੀਂ ਹੋਇਆ ਜੀ, ਇਹ ਨਹੀਂ ਹੋਇਆ ਹੈਗਾ, ਅਤੇ ਤੁਸੀਂ ਦੇਖਣਾ ਵੀ ਉਹਦਾ ਕੀ ਸਲਿਊਸ਼ਨ ਕੱਢਣਾ, ਕਿਵੇਂ ਕੱਢਣਾ। ਤਾਂ ਇਹ ਆਪਣੀ ਮੈਸਾਂ ਖੜੀਆਂ ਨੇ ਸਾਰੀਆਂ। ਤਾਂ ਚਲੋ ਇਹ ਤੋਂ ਬਾਅਦ ਆਪਾਂ ਵਰਕਆਊਟ ਦਾ ਟਾਈਮ ਮਿਲਦੇ ਹਾਂ ਕੰਮ ਨਿਬੇੜ ਕੇ। ਰਾਤ ਆਪਣੀ ਇੱਕ ਮੈਸ ਪਿਆਈ ਹੈ ਨਵੀਂ ਅਤੇ ਆਹ ਕੱਟਾ ਦਿੱਤਾ ਉਹਨੇ, ਅਤੇ ਹੁਣ ਇਹਨੂੰ ਚੰਗਾਵਾਂਗੇ, ਹੋਰ ਕਰਾਂਗੇ ਸੋਹਣਾ ਹੈ ਨਾ ਘੈਂਟਾ। ਅੱਜ ਦਾ ਆਪਣਾ ਵਰਕਆਊਟ ਹੈਗਾ ਲੈਗਸ ਅਤੇ ਬਾਈਸੈਪਸ ਦਾ, ਅਤੇ ਵੇਟ ਲਗਾਉਣ ਨੂੰ ਅੱਜ ਮਤਲਬ ਵੀ ਜਿਵੇਂ ਜੀ ਨਹੀਂ ਹੈਗਾ, ਤਾਂ ਅੱਜ ਆਪਾਂ ਬੋਡੀ ਵੇਟ ਲੈਗਸ ਲਗਾਵਾਂਗੇ ਅਤੇ 500 ਸਕੁਆਟ ਲਗਾਵਾਂਗੇ, ਬਹੁਤ ਆ। ਫਿਰ ਉਹ ਤੋਂ ਬਾਅਦ ਥੋੜ੍ਹੇ ਲੰਜਿਸ ਦੀ ਐਕਸਰਸਾਈਜ਼ ਕਰਾਂਗੇ, ਅਤੇ ਲੰਜਿਸ ਨਹੀਂ ਹੈਮਸਟ੍ਰਿੰਗਸ ਵਾਸਤੇ ਇੱਕ ਐਕਸਰਸਾਈਜ਼ ਲਗਾਵਾਂਗੇ, ਅਤੇ ਹੈਮਸਟ੍ਰਿੰਗ ਤੋਂ ਬਾਅਦ ਆਪਾਂ ਲਗਾਵਾਂਗੇ ਬਾਈਸੈਪਸ ਦਾ ਇੱਕ ਐਕਸਰਸਾਈਜ਼, ਫਿਰ ਬਸ ਸਟ੍ਰੈਚਿੰਗ ਕਰਕੇ ਖਤਮ ਕਰਾਂਗੇ ਇਹਦਾ ਵਰਕਆਊਟ। ਅਤੇ ਬਾਡੀ ਵੇਟ ਨਾ ਸੌਖੇ ਲੱਗਦੇ ਨੇ ਮੇਰਾ, ਜਿਹੜਾ ਪਿਛਲਾ ਮਤਲਬ ਵੀ ਫਿਟਨੈਸ ਵਾਲਾ ਚੈਨਲ ਸੀਗਾ ਉਹਦੇ 'ਤੇ ਮੈਂ 3000 ਸਕੁਆਟਸ ਲਗਾ ਕੇ ਇੱਕ ਵੀਡੀਓ ਪਾਈ ਹੋਈ ਹੈ, ਪਰ ਪਹਿਲਾਂ ਮੈਂ ਗਲਤੀ ਇਹ ਕਰਦਾ ਸੀਗਾ ਵੀ ਮੈਂ 2-2 ਘੰਟੇ ਲੰਬੀਆਂ ਵੀਡੀਓਜ਼ ਪਾ ਦਿੰਦਾ ਹੁੰਦਾ ਸੀਗਾ ਯੂਟਿਊਬ 'ਤੇ, ਹੁਣ ਯਾਰ 2 ਘੰਟੇ ਦੀ ਵੀਡੀਓ ਕੱਖ ਨੂੰ ਦੇਖੂਗਾ ਯੂਟਿਊਬ 'ਤੇ, ਤਾਂ ਉਹ ਚੀਜ਼ ਗਲਤ ਹੁੰਦੀ ਸੀਗੀ। ਅਤੇ ਅੱਜ ਮੈਂ ਕੋਸ਼ਿਸ਼ ਕਰ ਰਿਹਾ ਵਲੌਗ ਬਣਾਉਣ ਦੀ, ਦੇਖਦੇ ਹਾਂ ਕਈ ਜਿਹਾ ਬਣਦਾ। ਤਾਂ ਚਲੋ ਜੀ ਅਗਲੀ ਐਕਸਰਸਾਈਜ਼ 'ਚ ਮਿਲਦੇ ਹਾਂ। ਆਪਣੀ ਸਕੁਆਟਸ ਵਾਲੀ ਐਕਸਰਸਾਈਜ਼ ਖਤਮ ਹੋ ਗਈ, ਹੁਣ ਨਾ ਸਿੰਗਲ ਲੈਗ ਸਕੁਆਟਸ ਲਗਾ ਕੇ ਦੇਖਾਂਗੇ, ਬਹੁਤ ਟਾਈਮ ਹੋ ਗਿਆ ਲਗਾਏ ਨੂੰ, ਪਿਸਤਲ ਸਕੁਆਟ ਵੀ ਕਹਿੰਦੇ ਇਹਨੂੰ, ਦੇਖਦੇ ਹਾਂ ਲੱਗਦੇ ਹਾਂ ਕਿ ਨਹੀਂ, ਬਹੁਤ ਟਾਈਮ ਹੋ ਗਿਆ ਲਗਾਏ ਨੂੰ, ਕਾਹਨੂੰ ਲੱਗਦੇ ਨੇ, ਖੜ ਜਾਓ। ਓਕੇ ਇੱਧਰ ਟਰਾਈ ਕਰਦੇ ਹਾਂ, ਇੱਕ 2 3 ਇਹ ਨਹੀਂ ਲੱਗਦੇ, ਕਦੇ 10-10 ਵੀ ਲਾ ਲੈਂਦਾ ਹੁੰਦਾ ਸੀਗਾ, ਕੋਈ ਨਾ ਇਹ ਵੀ ਲੱਗਣਗੇ, ਘੈਂਟ ਹੋਊਗਾ। ਕੈਮਰਾਮੈਨ ਨਾ ਮੇਰੇ ਫਾਦਰ ਸਾਹਿਬ ਨੇ ਅਤੇ ਇੰਨੇ ਘੈਂਟ ਕੈਮਰਾਮੈਨ ਨੇ, ਮੈਂ 8-10 ਲਾ ਗਿਆ ਸੀਗਾ ਅਤੇ ਵੀਡੀਓ ਔਨ ਨਹੀਂ ਕੀਤੀ ਹੈਗੀ, ਉਹਦੇ ਕਰਕੇ ਮੈਂ ਤਾਂ ਅਗਲੇ ਸੈੱਟ 'ਚ ਲੱਗੇ ਨਹੀਂ ਹੈਗੇ। ਥੈਂਕ ਯੂ ਕੈਮਰਾਮੈਨ ਜੀ, ਥੈਂਕ ਯੂ। 10 ਲਗਾਉਣੇ ਨੇ ਐਤਕੀ, 2 3 4 5 6 7 8 ਓਕੇ ਇਹ ਆਪਣੀ ਲੈਗਸ ਦੀ ਤੀਜੀ ਅਤੇ ਆਖਰੀ ਐਕਸਰਸਾਈਜ਼ ਆ, ਇਹ ਤੋਂ ਬਾਅਦ 2 ਐਕਸਰਸਾਈਜ਼ ਲਗਾਵਾਂਗੇ ਆਪਾਂ ਬਾਈਸੈਪ ਦੀਆਂ। ਇਹ ਹੈਗੀ ਹੈਮਸਟ੍ਰਿੰਗ ਵਾਸਤੇ, ਇਹਨੂੰ ਕਹਿੰਦੇ ਆ ਲਾਈਂਗ ਡੰਬਲ ਹੈਮਸਟ੍ਰਿੰਗ ਕਰਲ, 25 ਕਿਲੋ ਦਾ ਡੰਬਲ ਆਪਣੇ ਕੋਲ, ਅਤੇ ਇਹਦੇ ਮਤਲਬ ਵੀ 100 ਰੈਪ ਲਗਾਵਾਂਗੇ ਆਪਾਂ ਟੋਟਲ ਇੱਕ ਸੈੱਟ 'ਚ ਨਹੀਂ। ਵੈਸੇ ਡੰਬਲ ਲਾਈਟ ਆ ਮੇਰੇ ਕੋਲ ਨਾ, ਮੈਕਸੀਮਮ ਇਹੀ 25 ਕਿਲੋ ਵਾਲਾ ਡੰਬਲ ਆ, ਅਤੇ ਜਿਮ 'ਚ ਇਹ ਲਗਾ ਲੈਂਦੇ ਸੀਗੇ ਆਪਾਂ 40-40 ਕਿਲੋ ਨਾਲ, ਸ਼ਾਇਦ ਹੁਣ ਤੱਕ 50 ਤੱਕ ਵੀ ਪਹੁੰਚ ਜਾਂਦੇ, ਪਰ ਇੱਥੇ 25 ਕਿਲੋ ਤਾਂ ਮੈਕਸੀਮਮ 25 ਨਾਲ ਲੱਗੂਗਾ। ਇਹ ਤੋਂ ਬਾਅਦ 2 ਐਕਸਰਸਾਈਜ਼ ਲਗਾਵਾਂਗੇ ਆਪਾਂ ਬਾਈਸੈਪਸ ਦੀਆਂ, ਫਿਰ ਵਰਕਆਊਟ ਡਨ। ਓਕੇ 5 ਕਿਲੋ ਨਾਲ ਵਾਰਮ ਅਪ ਕਰ ਲਿਆ ਅਤੇ 12.5 ਨਾਲ ਕਰ ਲਿਆ, ਅਤੇ ਵਰਕਿੰਗ ਸੈੱਟ 15 ਕਿਲੋ ਨਾਲ ਲਾਵਾਂਗੇ,
100 रैप लावांगे दे टोटल, मतलब जिन्ने मर्जी सेट च लगन। ते कैमरामैन बच गए, कैमरामैन दी छुट्टी हो गई, ते मैं फादर साहब नूं वी नाल वर्कआउट कराउंदा। ते हैल्थ बहुत जरूरी है, तीन चीजें ते फोकस करना चाहिए जिंदगी च, हैल्थ वैल्थ ते हैप्पीनेस। कोई ना कैमरामैन जी, कदे तुहानूं वी वीडियो च लैके आवांगे, फिर देखांगे किन्ना हसदे हो। चलो ओके जी, ये है जी अपना वर्कआउट तो बाद वाला शेक। ये है अद्धा लीटर दुध का, तो एक स्कूप वे प्रोटीन का, तो 30 ग्राम ये है ओट्स। ये वर्कआउट तो बाद पीना मैं, तो वर्कआउट तो पहला आप खा दस के केला, तो हूँ नाल एक बुक पढ़ूंगा, तो 10 पेजिस पढ़ांगे दे जी डी बिरला। तो टाटा बिरला नाम सुने होना, जो टाटा के नाल बिरला का नाम यूज़ किया जाता, इन्होंने वो एम्पायर खड़ा किया। रोज़ मैं बस एक एक दो दो पेज पढ़ रहा, बट अज तो आदत बनानी है 10 पेज घट्टो घट पढ़ने पढ़ने दिन के। तो वलॉग के बहाने मेरा भी थोड़ा जहा हो जूगा, वापस रूटीन च आ जाऊंगा। पढ़ता मैं रोज़ हाँ, बट एक पेज अद्धा पेज आदत नहीं छड़ी हैगी पढ़न की, बट ज़्यादा नहीं पढ़ता सी, अज तो 10 पेज घट्टो घट पढ़ने स्टार्ट कर देने। फार्म च अपने खल का काम चल रहा, तो खल पे चाने चवचे च, तो मैसा खड़िया ने, इधर भी मैसा खड़िया ने, तो बंदे की कमी करके थोड़ा हले गोहा गोहा नहीं चक्या गया, मैसा नवाई नहीं गई। तो बाकी कैंट चलो काम कर च तो यार चल ही रहा। ये अपना फार्म इस टाइम तो इन्ना गंदा लग रहा, मैं दिखा देना जमा जी नहीं कर रहा है, बट उ है काम कर रहा, कदे बहुत वधिया होगा कदे गंदा भी होगा, बैलेंस आ लाइफ च बैलेंस होना चाहिए। नहीं खड़ी ने ये मैस, ये दरवाजा जाली है, ये मच्छरदानी है पक्की, इधरों दिखा शैड ने, आ दोनों लाइना च सारिया मैसा ने, तो उधर तुम दिखाने कट्टिया वाला। ये अपना कट्टिया वाला शैड आ, इतने सारिया कट्टिया जो दुध तो हटिया हुई ने वो रखिया ने, तो यदि भी जाली पूरी पक्की की हुई, मच्छरों की बहुत प्रॉब्लम आ रही है इस बार। इधर सारी पक्की जाली लाई हुई है, मतलब लोहे की जाली है, तो इधर दूजी जाली जी आम जाली होंगी मच्छरदानी, ये भी सारा कवर किया हुआ, तो ये अपनी कट्टिया ने बैठिया ने। अज मेरे पास दो ही काम से, एक जी मैं नवी सूई है उन्होंने कैलशियम देनी सी, तो एक कट्टी मतलब भी वो लगी हुई सी कब्ज सी, उन्होंने दवाई दे वो देनी सी, लस्सी देनी सी, लस्सी तेल वो दिता। तो ये शैड च हौली हौली मैसा भी आन गया, अज दे मेरे काम कंप्लीट। तो हूँ है कि फादर साहब का काम, क्योंकि खेती का डिपार्टमेंट फादर साहब को कख किमें आऊगा, कि बंदा आऊगा, कि बंदा दिहाड़ी तो बुलावे, होर चीज़ा ये सब सोचना फादर साहब का काम। मेरा इतने का काम सारा निबड़ गया, सारा मैं देख लिया, गेड़ा मार लिया, सब कुछ कर लिया, तो हूँ आप शाम को इतने दवा तो आवेंगे। ये खड़ा जी फ्लड वाला पानी, तो वो अपने चरी वाले खेत ने जो सारे डुबे खड़े ने। तो सब तो पहला ना पिछे घग्गर आता, घग्गर तो इधर मतलब भी खेत आते हैं, घग्गर ओवरफ्लो चल रहा खेत च पानी आता, वो तो बाद बन आता, फिर एक नहर आती है, नहर हमेशा मतलब कि सुखी चलती है, तो ऐतकी नहर च भी पानी छड़िया हुआ, तो घग्गर वाला पानी मतलब भी नहर तोड़ के इधर आ गया। तो हूँ ये पानी खड़ा खेतों च, इतें एक सूआ लंघता, ये भी मतलब भी पूरा भरया चल रहा, इधर अपना पिंड आ गया, मतलब भी कल ये पानी जोर मार रहा है इधर पिंड वाल आने, तो बचत रह गई पिंड च नहीं बढ़िया है, बट अगले जो पिंड ने जिथे अपने मतलब भी वर्कर्स ने 2-3 वो अगले पिंड च ने, वो पिंड च पानी भरया खड़ा, तो वो आ नहीं रहे है अजकल, तो उन्होंने करके भी पिछले प्रॉब्लम आ रही है काम कार च होर च, पर वैसे बचत का मतलब इन्ना पानी है नहीं गा, तो ठीक है सारा कुछ। ये सारे खेत ने जोड़ा एक समुद्र वगू लग रहा ना इस टाइम पर, यह सारा घग्गर का पानी आया हो, वैसे हूँ निकल रहा लैवल थले हों जा रहा, बट ये देखो ये फ्लड, कोई कह सकता भी इतने खेत से आए नहीं लगता है भी लेक होंगी है या समुद्र होंगे, जिथे तक देखो पानी दिखता, काफ़ी नुकसान किया पानी ने, अपना सुख नाल नहीं होया है अपने पिंड का इन्ना, बट जिथे होया जेडे शहर च होया उन्होंने मतलब भी अरदास, सारे सुख संद हो, सारे वधिया हैल्दी हो, बस यही प्रे आ।